ਸੱਚਾ ਗੁਰ ਮਸਜਿਦ ਹੀ ਹੈ। ਇਹ ਸਾਰੀਆਂ ਮਸਜਿਦ, ਕਾਰ, ਦਰਖਤ, ਇਹ ਸਾਰੇ ਪਾਣੀ ਨਜ਼ਰ ਗਿਆ ਉਠਾ ਰਿਹਾ ਬੁਲਾ ਤੱਕੀ ਸਕਣੇ ਤੁਸੀਂ ਸਾਰੀਆਂ ਚੀਜ਼ਾਂ ਮੈਂ ਜਲੂਸ ਨਾਲ ਨਾਲ ਦੱਸੀ ਜੁੜਾਉਣਾ ਐ ਤੱਕੋ। ਭੈਣਾਂ ਭਰੋ, ਕਬਰਸਤਾਨ ਸੀ ਜਿਹੜਾ ਪਾਣੀਆਂ ਨੇ ਅੰਦਰ ਆਈ ਚੁੱਕਿਆ ਆ, ਇਹ ਸਹੀ ਮੈਂ ਚਲੋ ਦੱਸੀ ਜੁੜਾਂ। ਐ ਉਹ ਕਬਰਸਤਾਨ ਹੈ, ਐ ਉਹ ਕਬਰਾਂ ਹੀ ਆ ਜਿਹੜੀਆਂ ਪਾਣੀ ਨੇ ਅੰਦਰ ਆਈ ਚੁੱਕੀਆਂ ਹੀ ਆ। ਪਤਾ ਨਹੀਂ ਇਹਨਾਂ ਨੇ ਹੁਣ ਅੱਗੇ ਕਿਆ ਹਾਲਤ ਹੋਣੀ ਹੈ, ਜਿਹਦੇ ਮਜ਼ੀਦ ਪਾਣੀ ਉੱਪਰ ਆਇਆ। ਫਿਰ ਕਬਰਸਤਾਨ ਸਾ ਜਿਹੜਾ, ਇਹ ਜਿਹੜੀਆਂ ਕਬਰਾਂ ਹੀ ਆ, ਇਹ ਸਾਰੀਆਂ ਉਸ ਪਾਣੀ ਨਜ਼ਰ ਜਸਨ। ਜੀ ਅਸਲਾਮ ਵਾਲੇਕਮ ਭੈਣੋ ਭਰਾ, ਕੀ ਹਾਲ ਆ? ਠੀਕ ਹੋ? ਸਰ ਠੀਕ ਹੈ, ਮਾਸ਼ਾਅੱਲਾ। ਅੱਜ ਨੇ ਵੀਡੀਓ ਸ਼ੁਰੂ ਕਰੀ ਹੁੰਦੀ ਆ, ਸੁਬਹਾ ਸੁਬਹਾ ਸੁਣੀ ਖੂਬਸੂਰਤ ਜਿਹਾ ਮੌਸਮ ਚੱਕ ਰਿਹਾ। ਪਹਿਲੇ ਹਾਲ ਮੌਸਮ ਚੱਕ ਰਿਹਾ, ਉਸ ਤੋਂ ਬਾਅਦ ਫਿਰ ਮੈਂ ਵੀਡੀਓ ਨਾਲ ਆਗਾਜ਼ ਕੀਤਾ ਆ। ਚਲੋ, ਕਿਤਨਾ ਸੋਹਣਾ ਅਸੀਂ ਤਾਂ ਖੂਬਸੂਰਤ ਜਿਹਾ ਮੌਸਮ ਆ, ਤੁਹਾਨੂੰ ਖੁਸ਼ੀ ਵਿੱਚ ਇਹਨਾਂ ਸਬਸਕ੍ਰਾਈਬ ਕਰੋ, ਵੀਡੀਓ ਸ਼ੇਅਰ ਕਰੋ, ਔਰ ਕਮੈਂਟ ਆਪਣੀ ਕੀਮਤੀ ਰਾਏ ਦੇ ਛੱਡੋ, ਟੱਲੀ ਨਾਲ ਬਟਨ ਮਾਰੀ ਜੋੜੋ, ਔਰ ਇਹ ਵੀਡੀਓ ਫਟਾਫਟ ਤੁਸਾਂ ਜੀ ਪਹੁੰਚਿਆ। ਨਜ਼ਾਰੇ ਆਇਓ, ਨਜ਼ਾਰੇ ਹੋ ਇੰਨਾ ਨਜ਼ਾਰਿਆਂ ਨੇ ਹੱਥ ਲੱਗੇ ਜੁੜੋ ਚੈਨਲ ਸਬਸਕ੍ਰਾਈਬ। ਬਾਕੀ ਆ ਕੇ ਤਾਂ ਨਾਲ ਜੁੜੇ ਰਹੋ, ਤੁਹਾਨੂੰ ਪਤਾ ਲੱਗ ਸਕੇ ਜਣੀ ਵੀਡੀਓ ਕਿਸ ਮਤਲਬ ਲਗਾਉਣੇ ਦੀ ਹੈ। ਬਹਰਹਾਲ ਸਾਰੇ ਤਕਣੇ ਨੇ ਇੱਕ ਦਫ਼ਾ ਖੁਸ਼ ਆਮਦੀਦ ਨਾ ਹਾਂ, ਤਾਂ ਇਹ ਤਾਂ ਨਾ ਇਨਸਾਫੀ ਹੋਈ ਨਾ। ਤਕਣੇ ਨੇ ਸਾਰੇ ਭੈਣਾਂ ਭਰਾਵਾਂ ਕੀ ਮਾੜੀ ਤਰਫੋਂ ਖੁਸ਼ ਆਮਦੀਦ। ਇਹਦਾ ਮੌਜੂਦ ਹੀ ਹਾਂ ਭੈਣਾਂ ਭਰਾ, ਅਸਾਂ ਲਾ ਕੇ ਅਸੀਂ ਥੋੜ੍ਹੇ ਜਿਹੇ ਪੁੱਛਿਆ ਪਿੱਛੇ ਨਿਊ ਟਾਊਨ ਨੇ ਕੋਲ, ਠੀਕ ਹੈ? ਅਤੇ ਤੁਸਾਂ ਨੇ ਕਿੱਥੋਂ ਹੁਣ ਜਿੱਥੋਂ ਗਿਆ ਮੀਰਪੁਰ ਵਾਲੀ ਸਾਈਡ ਸਫ਼ਰ ਜ਼ਬਰ ਕਰਸਾਂ, ਤੁਸਾਂ ਕਿ ਇਨਸ਼ਾਅੱਲਾ ਉਹ ਮੀਰਪੁਰ ਨਾਲ ਸਫ਼ਰ ਜਿਹੜਾ ਨਹੀਂ ਨਾ ਉਹ ਵੀ ਚੱਕ ਰਾਸਾਂ। ਸਾਰਾ ਸਾਡਾ ਖਿਲਦਾ ਵਾ, ਅਸਾਂ ਬਿਲਕੁਲ ਤਿਆਰੀ ਵਿੱਚ, ਠੀਕ ਹੈ? ਜੁਲੇ ਹਾਂ, ਸਫ਼ਰ ਸ਼ੁਰੂ ਕਰਨੇ ਹਾਂ। ਤੁਸੀਂ ਅੱਗੇ ਦੱਸਣੇ ਆ ਨਾ, ਦੱਸਣੇ ਸਬਰ ਕਰੋ, ਤੁਹਾਨੂੰ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਤੁਸੀਂ ਬਹੁਤ ਮੈਂ ਕੁਝ ਜੁਲੇ ਹਾਂ, ਸਬਸਕ੍ਰਾਈਬ ਕਰ ਤੁਹਾਡਾ ਬਾਥਰੂਮ ਕਿਤਾ ਜੁਲੇ ਹਾਂ। ਮਾਸ਼ਾਅੱਲਾ ਮਾਸ਼ਾਅੱਲਾ, ਖੂਬਸੂਰਤ ਜਾਡੇ ਮੇਰਾ ਨਜ਼ਾਰਾ ਕਰੋ, ਕਰੀਬ ਸੀ ਪਾਣੀ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਖੂਬਸੂਰਤ ਜਿਹਾ ਡੇ ਮੇਰਾ ਨਜ਼ਾਰਾ। ਭੈਣੋ ਭਰਾ ਪਹੁੰਚੀ ਹੈ, ਅਲਹਮਦੁਲਿਲਾ ਅਲਹਮਦੁਲਿਲਾ, ਮੀਰਪੁਰ ਬੈਗਪੁਰ ਤੁਸੀਂ ਕੀ ਕਹੋ? ਇਤਨਾ ਖੂਬਸੂਰਤ ਨਜ਼ਾਰਾ, ਇਤਨਾ ਖੂਬਸੂਰਤ ਨਜ਼ਾਰਾ ਦਿਖ ਰਿਹਾ ਸੀ ਆਪਣੇ ਖੂਬਸੂਰਤ ਜੇ ਮੰਗਲਾ ਡੇਮ ਨੂੰ। ਬਾਕੀ ਇਨਸ਼ਾਅੱਲਾ ਫਿਲਹਾਲ ਤਾਂ ਅਸਾਂ ਜੇ ਰਹੇ ਹਾਂ ਮੀਰਪੁਰ, ਅੱਗੇ ਮੈਂ ਜੁਲਿਆ ਜੁਲਿਆ ਅਸਾਂ ਕੀ ਖੂਬਸੂਰਤ ਜਿਹਾ ਨਜ਼ਾਰਾ ਕਰਾਈ ਜਾਣਾ, ਅਤੇ ਆਸ਼ਾ ਤੁਸੀਂ ਇੱਥੇ ਡੇਮੇ ਪਹੁੰਚੀ ਹੈ। ਉਸ ਤੋਂ ਬਾਅਦ ਹੁਣ ਅਸਾਂ ਤੱਕੀ ਸੁਣਦੇ ਤੁਰਨਾ ਪੈਣਾ, ਇੱਡਾ ਰੋਲਾ ਵੀ ਆ ਜੁਸਾਂ ਅੱਗੇ ਮੀਰਪੁਰਲੇ ਸਾਈਡ, ਉੱਥੋਂ ਨਿਕਲਣੇ ਹਾਂ ਮੁੰਡੇ ਅਸੀਂ ਦੱਸਣੇ ਹਾਂ ਰਠਵਾ ਰਿਹਾ ਮੇਰਾ ਬ੍ਰਿਜ ਆਣਾ। ਓ ਖੂਬਸੂਰਤ ਨਜ਼ਾਰੇ, ਖੂਬਸੂਰਤ ਸ਼ਾਮ। ਚਲੋ ਜੀ ਗੁੱਡ ਆ ਜੀ, ਕਿੱਧਰ ਗਿਆ?
ਸਤਾ ਜੀ ਠੀਕ ਹੋ? ਦੂਰੋਂ ਤਾਂ ਵੈਸੇ ਪਛਾਣਨਾ ਹੋਣੇ ਉਸਤਾਦ ਨਾਲ ਭੁਗਲਾ ਲਿਆ, ਪਛਾਣਨੇ ਨਹੀਂ ਹੋਣੇ। ਰੈਵ ਨੇ ਪ੍ਰਾਈਸ ਵਾਲੇ ਇੰਜਾਮ ਦੇ ਸਨ, ਉਸ ਤੋਂ ਬਾਅਦ ਨਿਰਭਰ ਅਤੇ ਨਿਰਭਰ ਨੂੰ ਗਿਆ ਸੀ ਵੀਡੀਓ ਦੇ ਸ਼ਹਿਰ ਨਾਲ ਖੂਬਸੂਰਤ ਜਿਹਾ ਵਿਊ, ਸੁਬਹਾ ਸੁਬਹਾ ਆਉਣਾ ਇਹ ਸੀ ਆਉਣੇ ਮੀਰਪੁਰ ਸ਼ਹਿਰ ਨਾਲ ਖੂਬਸੂਰਤ ਜਿਹਾ ਫੋਟੋ ਕਾਪੀ ਕਲਰ ਪ੍ਰਿੰਟ ਕੀਤਾ ਠੀਕ ਆ। ਇੱਥੋਂ ਹੋ ਗਿਆ ਕਾਫੀ ਨੇ ਜਿਹੜੀਆਂ ਮੈਂ ਆਪਣੇ ਭੈਣਾਂ ਭਰਾ ਦੀ ਮੈਂ ਚੱਕ ਕਰੀ ਜਾਂ ਰੱਖਿਆ ਆਰਾਮ ਕੋਲ ਲੈਣੀ ਪ੍ਰਸਾਦ ਕਿਆ ਕਰੀ ਜਾਂ ਦੋ ਸੁਬਾ ਪਾਣੀ ਤੇ ਬਣੀ ਰਿਹਾ ਆ ਮੈਂ ਆਪੋ ਕੀ ਆਸਾਂ ਵੀ ਰੱਖਿਆ ਆਰਾਮ ਕੋਲ ਪਰ ਪਤਾ ਜਿਹੜੇ ਆਪਣੇ ਥੱਕਣੇ ਦੀਆਂ ਕੀ ਦੱਸੀ ਹੈ ਕਿ ਕਿਆ ਵੀ ਚਾਬੀ ਵੀ ਲਈ ਆ ਮੋਟਰਸਾਈਕਲ ਆ ਗਈ ਉਸ ਤੋਂ ਬਾਅਦ ਬਾਦਸ਼ਾਹ ਲਾਈ ਹੁੰਦੇ ਆ ਤਾਂ ਅੱਗੇ ਆ ਕੇ ਹਵਾ ਲਾਇਆ ਜੀ ਥੋੜ੍ਹੀ ਜਿਹੀ ਦੋ ਤਰ੍ਹਾਂ ਫਾਇਦੇ ਬੰਦਾ ਪਹਿਚਾਣ ਨਹੀਂ ਆਉਣਾ ਹੋਣਾ ਠੀਕ ਹੈ ਇੱਕ ਹੋ ਗਿਆ ਠੀਕ ਹੈ ਐਨਕਾਂ ਇਹ ਵੀ ਲੈ ਜਾਂਦੇ ਹਾਂ ਠੀਕ ਥੋੜ੍ਹਾ ਜਿਹਾ ਇੰਜੋਇਮੈਂਟ ਕਰਾਉਣਾ ਭੈਣਾ ਪ੍ਰੋ ਜ਼ਿਲ੍ਹਾ ਮੌਜੂਦ ਦੀਆਂ ਤਾਲੀਮੀ ਬੋਰਡ ਮੀਰਪੁਰ ਇੱਥੇ ਠੀਕ ਹੈ। ਤਾਲੀਮੀ ਬੋਰਡ ਮੀਰਪੁਰ ਜਿਹੜੇ ਕੰਮ ਸੀ ਉਹ ਕੰਮ ਕਾਜ ਮੁੱਕ ਚੁੱਕੇ ਆ ਹੁਣ ਕਿਰਸਾਂ ਖਰਾਲੀ ਸਾਈਡ ਜੁਲੀਆਂ ਜੁਲੀਆਂ ਦੱਸਾਂ ਖੂਬਸੂਰਤ ਖੂਬਸੂਰਤ ਰਠਵਾ ਹਰਿਆਮ ਕੋਲ ਲੈਣ ਜਿਹੜੇ ਨੇ ਖੂਬਸੂਰਤ ਨਜ਼ਾਰੇ ਰਹਿਮਾਨ ਵਾਹੀਮ ਦੇ ਰਠਵਾ ਹਰਿਆਮ ਬ੍ਰਿਜ ਜਿਹੜਾ ਉੱਥੇ ਠੀਕ ਹੈ। ਹੁਣ ਤੁਹਾਨੂੰ ਕੀ ਦੱਸਣੇ ਆ ਇੱਥੋਂ ਥੋੜ੍ਹੀ ਜਿਹੀ ਵੀਡੀਓ ਉੱਪਰ ਕਰਦੇ ਹਾਂ ਬਾਕੀ ਸਾਈਡ ਤੱਕ ਹੀ ਸਕਣੇ ਉਹ ਜਿਹੜਾ ਇਹ ਏਰੀਆ ਨਾ ਇਹ ਪਾਣੀਆਂ ਵਿੱਚ ਆਈ ਗਿਆ ਪਾਣੀ ਤੁਸੀਂ ਥੋੜ੍ਹਾ ਜਿਹਾ ਦਿਸਣਾ ਸੀ ਮੈਂ ਥੋੜ੍ਹਾ ਜ਼ੂਮ ਕਰਨਾ ਆ ਇਹ ਤਾਂ ਕਿਹਾ ਦੇਵਬੁਣ ਜਿਹੜੇ ਮਕਾਨ ਛਕਾਉਣੇ ਨੇ ਇਹ ਪਾਣੀਆਂ ਵਿੱਚ ਆਈ ਗਏ ਠੀਕ ਹੈ। ਹੁਣ ਪਾਣੀ ਤਾਂ ਘਟਣਾ ਜਾਣਾ ਆ ਬਰਾਲ ਇਸਨੇ ਵਿੱਚ ਆਏ ਵੇ ਤਾਂ ਇਹ ਅੱਗੇ ਬ੍ਰਿਜ ਆ ਸਾਰਾ ਜਿਸ ਦੀਆਂ ਖਬਰਾਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਤੱਕਣੇ ਉਸ ਤੋਂ ਗਰਦਿਸ਼ ਹੋਈਆਂ ਵਾ ਕਿ ਰਠਵਾ ਰਿਹਾ ਬ੍ਰਿਜ ਆ ਜਿਹੜਾ ਨਹੀਂ ਆ ਉਹ ਬਣਨ ਲੱਗ ਆ ਮਾਸ਼ਾਅੱਲਾ ਬੜੀ ਚੰਗੀ ਗੱਲ ਹੈ ਜੀ ਚੰਗੀ ਖਬਰ ਵੀ ਆ। ਵੈਸੇ ਤਾਂ ਇਸਨੇ ਜਿਹੜੀ ਜ਼ਿਲ੍ਹਾ ਹਾਲਤ ਸੀ ਤੱਕੀ ਨੂੰ ਕਿਤਨੀ ਹਸਪਤਾਲ ਹਾਲਤ ਸੀ ਅਤੇ ਕੋ ਹਾਲਾ ਇਹ ਜਿਹੜਾ ਪੁਰਾਣਾ ਬੰਤਾ ਵਾ ਨਾ ਇਸੀ ਜਿਹੜਾ ਨਾਲ ਇਸ ਕੀ ਸੈੱਟ ਕਰਨਾ ਪਿਆ ਸੀ ਨਿਯਮਾਂ ਚਲੋ ਮੁਕੰਮਲ ਹੋ ਸੀ ਬਰਾਲ ਇਸ ਕੀ ਵੀ ਇੱਕ ਦਫਾ ਇਸਨੇ ਹਾਲਤ ਤੁਹਾਨੂੰ ਚੈੱਕ ਕਰੋ ਹਾਲੀ ਸਪੈਸ਼ਲ ਮੈਂ ਆਇਆ ਮਿਰਪੁਰ ਕੰਮ ਸੀ ਤਾਂ ਮੈਂ ਆਪਣੇ ਤਕੜੇ ਵਾਲੇ ਭੈਣਾਂ ਭਰਾਵਾਂ ਕਿ ਇਹ ਚੀਜ਼ ਲਾਜ਼ਮੀ ਦੱਸੀ ਜੂਸਾਂ ਕਿ ਜਿਹੜਾ ਰਠਿਆ ਰਿਹਾ ਬ੍ਰਿਜ ਆ ਉਸ ਨਾਲ ਕੰਮ ਜਿਹੜਾ ਨਹੀਂ ਪ੍ਰੋਪਰ ਤਰੀਕੇ ਨਾਲ ਜਿਹੜਾ ਸ਼ੁਰੂ ਹੋਣ ਲੱਗਾ ਆ ਠੀਕ ਹੈ। ਤੁਸੀਂ ਦੱਸਣੇ ਆ ਥੋੜ੍ਹੇ ਬਹੁਤੇ ਇੱਥੋਂ ਖੂਬਸੂਰਤ ਖੂਬਸੂਰਤ ਨਜ਼ਾਰੇ ਉਸ ਤੋਂ ਬਾਅਦ ਦੱਸਾਂ ਫਿਰ ਆਪਣਾ ਅਗਲਾ ਮਿਸ਼ਨ ਤੱਕਣੇ ਕਿਆ ਬਣਨਾ ਕਰ ਸੋ ਮਾਸ਼ਾ ਅੱਲਾ ਕਿਸ਼ਤੀਆਂ ਸ਼ਿਸ਼ਤੀਆਂ ਉਸ ਤੋਂ ਇਲਾਵਾ ਉਹ ਟੈਂਟ ਲਏ ਵੇ ਇਹ ਬੋਲਿਆ ਨਹੀਂ ਸਿਚੁਏਸ਼ਨ ਆ ਇਸ ਵਕਤ ਠੀਕ ਆ ਪਾਣੀ ਛਾਣੀ ਕਾਫੀ ਜ਼ਿਆਦਾ ਆ ਚੁੱਕਿਆ ਆ ਇਹ ਜਿਹੜੇ ਬੰਦ ਬੰਦੇ ਵੇ ਸਾਰੇ ਠੀਕ ਹੈ ਤਾਂ ਕਿ ਪਾਣੀ ਥੁੱਕ ਗਿਆ ਨਾ ਜਾ ਉਸ ਪਹਿਲੀ ਸਾਈਡ ਵੀ ਪਾਣੀ ਆ ਚੁੱਕਿਆ ਆ ਇੱਥੇ ਆ ਫਿਰ ਦੱਸਣੇ ਨਾਲੋ ਨਾਲ ਸੁਰਤਾਲ ਸਾਰੀ ਰਠਵਾ ਹਰਿਆਮ ਬ੍ਰਿਜ ਨਹੀਂ ਫਿਰ ਤੱਕਣੇ ਕੰਮ ਸ਼ੰਮ ਸ਼ੁਰੂ ਹੋਇਆ ਹੁਣ ਇੱਥੇ ਵੈਸੇ ਦੂਏ ਲਿਆ ਤਾਂ ਕਿਹਾ ਜਾਇਆ ਕਰਦਾ ਇਹ ਚੀਜ਼ਾਂ ਜਿਹੜੀਆਂ ਨੋਟ ਕਰੋ ਇਹ ਥੀਆਂ ਖਤਰੇ ਸੀ ਖਾਲੀ ਨਹੀਂ ਆ ਬਰਾਲੇ ਜ਼ਿਲ੍ਹਾ ਕੰਮ ਸ਼ੁਰੂ ਹੋ ਸੀ ਇਸ ਨੇ ਜ਼ਿਲ੍ਹਾ ਵੀ ਕੰਮ ਸ਼ੁਰੂ ਹੋਇਆ ਨਾ ਤਾਂ ਉਹਲਾ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਕੀ ਕਰੀ ਉਸਨੇ ਫਿਲਹਾਲ ਬਣਤਾ ਹਫ਼ਤੇ ਬਾਅਦ ਇਸਨੇ ਕੰਮ ਕੋਈ ਨਹੀਂ ਹੋਇਆ ਤੁਸੀਂ ਪਤਾ ਜਿਹੜੀ ਚੀਜ਼ ਤਵੱਜੋ 'ਚ ਸੀਧਾ ਬਣਾ ਦਿੱਤੀ ਜਾਏ ਉਹ ਚੀਜ਼ ਖਤਮ ਹੋਣੀ ਹੈ ਦੜਾ ਦੜਾ ਉਹ ਠੀਕ ਹੋਣਾ ਬਸ ਜਾਣੇ ਨਹੀਂ ਜੇ ਇਸਨੇ ਤਵੱਜੋ ਦਿੱਤੀ ਨੇ ਜੇ ਬਣਾਈ ਹੋਈ ਆ ਨੇ ਹਰ ਦਫ਼ਾ ਨਾਲ ਹਰ ਦਫ਼ਾ ਜਿਸ ਤਰ੍ਹਾਂ ਵਾਅਦਾ ਕਰਨੇ ਆ ਪੂਰਾ ਤਾਂ ਕੋਈ ਹੋਣਾ ਜਿਹਨੂੰ ਸ਼ਾਇਦ ਇਹ ਗੱਲ ਜਿਹਨੂੰ ਕੋਈ ਉਮੀਦ ਰੱਖੀ ਵੀ ਹੈ ਕਿ ਜਿਹਨੂੰ ਜਿਹੜਾ ਵਾਅਦਾ ਹੋਇਆ ਪੂਰਾ ਉਸੀ ਵੀ ਇਨ ਸ਼ਾਅੱਲਾ ਚਲੋ ਅਸੀਂ ਦੱਸਣੇ ਹਾਂ ਇੱਕ ਦਫ਼ਾ ਜੀ ਸਾਡੂ ਵੀ ਨਜ਼ਾਰਾ ਚੈੱਕ ਕਰੋ ਜੀ ਨਜ਼ਾਰਾ ਓਏ ਹਾਏ ਹਾਏ ਵੈਸੇ ਤਾਂ ਇਹ ਇੱਥੇ ਇੱਥੇ ਜੇ ਪਾਣੀ ਆ ਚੁੱਕਿਆ ਆ
ਤੁਸੀਂ ਦੱਸਾਂ ਸਾਂ ਇੱਥੋਂ ਕਿਸ਼ਤੀਆਂ 'ਚ ਸਫ਼ਰ ਕਰਨੇ ਹੋਣੇ ਤੁਸੀਂ ਦਰਬਾਰ ਪਾਰ ਹੋਣੇ ਵਾਸਤੇ, ਇੱਥੇ ਕਿਸ਼ਤੀਆਂ ਪੈਣੀਆਂ ਨਾ, ਉੱਥੋਂ ਫਿਰ ਸਫ਼ਰ ਜਿਹੜਾ ਨਹੀਂ ਉਹ ਕਰਨੇ ਆ। ਇਹ ਸਾਰਾ ਏਰੀਆ ਜਨਾਬ ਯਾਰੀ ਚੱਕ ਕਰੀ ਨੂੰ ਕਿਆ ਕੋਈ ਮੋਲ ਮਾਸ਼ਰਾ ਬਣਾਉਣਾ ਆ। ਬਾਕਾਇਦਾ ਮੈਂ ਇਸ ਪੋਲਾ ਬਟੂਰੀ ਦੇ ਸਾਰੇ ਵੀਡੀਓ ਬਣਾਉਣਾ ਪਿਆ ਤਾਂ ਕਿ ਤੁਸੀਂ ਅੱਗੇ ਵੀ ਪਤਾ ਲਾਇਆ ਕਿਆ ਕੋਈ ਸੂਰਤ ਹਾਲ ਚੱਲੀ ਰਹੀ ਥੈਣੀ। ਠੀਕ ਆ, ਪਾਣੀ ਕਾਫੀ ਜ਼ਿਆਦਾ ਆ, ਮਾੜੇ ਖਿਆਲ ਮੁਤਾਬਕ ਇਤਨਾ ਜਲਦੀ ਕੰਮ ਤਾਂ ਨਹੀਂ ਸ਼ੁਰੂ ਹੋਣਾ। ਜਿਲ੍ਹਾ ਇਸਨੇ ਪਾਣੀ ਜਿਹੜਾ ਖਤਮ ਹੋ ਸੀ ਉਹਲਾ ਫਿਰ ਪ੍ਰੋਪਰ ਇਸਨੇ ਕੰਮ ਹੋ ਸੀ ਦਸਵੇਂ ਮਹੀਨੇ ਨੇ ਮਿਸ਼ਾਕਾ ਦੱਸਿਆ, ਦਸਵੇਂ ਮਹੀਨੇ ਨਹੀਂ ਇਹ ਦਸਵੇਂ ਮਹੀਨੇ ਇਸਨੇ ਕੰਮ ਸ਼ੁਰੂ ਕੀਤਾ ਜਾ ਸੀ। ਇੱਕ ਮਹੀਨਾ ਰਹੀ ਗਿਆ ਤੱਕਣੇ ਆ, ਸ਼ਾਇਦ ਮਹੀਨੇ ਖੰਡਾ ਜਿਹਾ ਪਾਣੀ ਜਿਹੜਾ ਨਾ ਉਹ ਟਲੀ ਜਾ ਸੀ। ਇਹ ਤੋਂ ਕੁਹਲਾ ਨਜ਼ਾਰੇ, ਇਹ ਜਿਹੜੇ ਲਏ ਸੀ ਟਾਵਰ ਉਹ ਵੀ ਇਹ ਆਪਣੇ ਬਣੇ ਨੇ ਬੂਸਟਰ ਪਾਈ ਉੜੋ, ਬੂਸਟਰ ਜਿਹੜੇ ਲਏ ਸੀ ਉਹ ਜਨਾਬ ਪਾਣੀਆਂ ਵਿੱਚ ਡੁੱਬੀ ਚੁੱਕੇ ਆ। ਇੱਧਰ ਜਣੇ ਉਹ ਬੁਣਨੀ ਚਾਹੇ ਕੋਈ ਸ਼ਿਕਾਰ ਖੇਡਣੇ ਪਿਆ। ਦਿਸ ਇਜ਼ ਏ ਰਠਵਾ ਅਰਿਆਮ ਬ੍ਰਿਜ, ਚੱਕ ਕਰ ਸੁਹਾਲੀ। ਇਹ ਤਵੱਜੋ ਮੰਗਣਾ ਆ ਹੁਕੂਮਤ ਨਹੀਂ ਅਵਾਮ ਨਹੀਂ। ਬਹਰਹਾਲ ਇਸਨੇ ਪਰ ਪਤਾ ਨਹੀਂ ਕਦੋਂ ਕੰਮ ਸ਼ੁਰੂ ਹੋ ਸੀ। ਜਿਸ ਤਰ੍ਹਾਂ ਕਿ ਤੁਸੀਂ ਮੈਂ ਬਇਆ ਆ ਕੇ ਸੁਣਨ ਅੰਦਰ ਆਇਆ ਕਿ ਇਸਨੇ ਪਰ ਜਲਦ ਕੰਮ ਸ਼ੁਰੂ ਹੋ ਰਿਹਾ, ਮੈਂ ਸਵਾਗੀ ਸਹੀ ਤਰੀਕੇ ਨਾਲ ਐਕਸਪਲੇਨ ਨਾ ਕਰ ਸਕਣਾ ਕਿਆਂ ਕਿ ਰੌਲਾ ਆ ਵਿੱਚ ਕਿ ਹਰ ਸਾਲ ਕੋਈ ਨਾ ਕੋਈ ਵਾਅਦਾ ਹੋਣਾ ਆ ਜਿਹੜਾ ਆਪਾਂ ਇਹ ਤਕਮੀਲ ਤੱਕ ਨਹੀਂ ਪਹੁੰਚਣਾ ਆ। ਇਸ ਬਾਰੇ ਜਿਨੂੰਨੇ ਵਾਅਦੇ ਨੇ ਮਤਲਬ ਕਿ ਮੈਂ ਤੁਸੀਂ ਜ਼ਿਆਦਾ ਕਿਝ ਨਾ ਬਣਾ, ਬਹਰਹਾਲ ਇਹ ਆ ਕਿ ਉਮੀਦ ਜਿਹੜੀ ਆ ਉਹ ਸਕੀ ਹੈ ਹੀ ਹੈ ਕਿ ਇਨਸ਼ਾਅੱਲਾ ਜਿਨੂੰ ਇਸਨੇ ਪਰ ਕੰਮ ਹੋ ਸੀ। ਠੀਕ ਆ, ਅਗਰ ਇਸਨੇ ਪਰ ਪ੍ਰੋਪਰ ਤਰੀਕੇ ਨਾਲ ਕੰਮ ਹੋ ਜਾਣਾ ਅਸੀਂ ਸਰ ਸੀ ਸਭ ਤੋਂ ਜ਼ਿਆਦਾ ਜਿਹੜਾ ਫਾਇਦਾ ਆਉਣਾ ਉਹ ਆ ਕੇ ਅਸਾਂ ਤਕਰੀਬਨ ਅੱਧਾ ਘੰਟਾ ਘੰਟਾ ਇਹਨਾਂ ਜਿਹੜਾ ਸਫ਼ਰ ਆਉਣਾ ਅਸੀਂ ਜਾਣਾ ਇਸਲਾਮਗੜ੍ਹ ਸੀ ਮੀਰਪੁਰਨੀ ਸਾਈਡ, ਇਹ ਅਸੀਂ ਬਚੀ ਜਾਣਾ ਆ ਅੱਗਾ ਸਾਹਿਬ ਲਾਈ ਨੂੰ ਅਸੀਂ ਕਿਤਨਾ ਫਾਇਦਾ ਆ ਕਿਤਨਾ ਸਾਡਾ ਸਫ਼ਰ ਘਟੀ ਜਾਣਾ ਆ। ਇਸ ਟਾਈਮ ਇਹ ਇੱਥੋਂ ਤੱਕ ਹੋ ਕੇ ਪੈਟਰੋਲ ਪੈਣਾ ਕਿਤਨਾ ਮਹਿੰਗਾ ਆ ਕਿ ਕਿਹੜੀ ਚੀਜ਼ ਹੈ। ਹੁਣ ਘੰਟਾ ਸਫ਼ਰ ਜਿੱਥੇ ਅਸਾਂ ਕਰੀ ਜਾਣੇ ਆ ਉਹ ਉਸ ਤਰ੍ਹਾਂ ਲੰਮੇ ਰੂਟਾਂ ਫਿਰਨੇ ਆ, ਘੰਟੇ ਨਾਲ ਅਸਾਂ ਸਫ਼ਰ ਕਰਨੇ ਆ, ਪੈਟਰੋਲ ਲੈਣੀ ਵੀ ਸਗੀ ਇਤਨੀ ਜ਼ਿਆਦਾ ਬੱਚਤ। ਉਸ ਤੋਂ ਬਾਅਦ ਪੈਟਰੋਲ ਇਹ ਛੋੜੋ ਤੁਸੀਂ ਤੱਕ ਇਨਸਾਨ ਨਾਲ ਜਿਹੜਾ ਵਕਤ ਅੱਜ ਕੱਲ੍ਹ ਕਿਤਨਾ ਕੀਮਤੀ ਆ, ਤੁਸਾਂ ਵਕਤ ਬਚੀ ਜਾਣਾ ਆ ਜਿਹੜਾ ਤੁਸਾਂ ਉੱਧਰ ਉਸਰਾ ਫਿਰੀ ਦੱਸਦੇ ਹੋ, ਤੁਹਾਡਾ ਘੰਟਾ ਐਕਸਟਰਾ ਹੋ ਜਾਣਾ ਆ, ਘੰਟਾ ਬਚੀ ਜਾਣਾ ਆ, ਸਫ਼ਰ ਹੀ ਆਸਾਨੀ ਹੋ ਜਾਣੀ ਹੈ। ਪਰ ਹਾਲੀ ਕਿ ਆ ਇਹ ਬਣਨਾ ਬਣੀ ਪਿਆ, ਇਹ ਅਗਰ ਬਣੀ ਜਾਏ ਫਿਰ ਤਾਂ ਮੈਂ ਆਉਣਾ ਨਾ, ਮਾਹੌਲ ਬਣੀ ਜਾਏ ਜੀ ਮਾਹੌਲ ਬਣ ਸੀ ਇਨਸ਼ਾਅੱਲਾ ਤੁਸਾਂ ਚਲੋ ਨਾ ਵੀਡੀਓ ਤੱਕ ਹੁਣ ਮੈਂ ਅੱਗੇ ਫਿਰ ਦੱਸਣਾ ਜਿਹੜੀ ਤਾਂ ਮਾਹੌਲ ਮਾਸ਼ਰਾ ਸਾਰਾ ਚੈੱਕ ਕਰੋ। ਇਹ ਲਾ ਟਾਵਰ ਆ ਜਿਹੜਾ ਬਿਲਕੁਲ ਪਾਣੀਆਂ ਦੇ ਅੰਦਰ, ਉਸਦੀ ਅਗਲਾ ਵੀ ਪਾਣੀਆਂ ਦੇ ਅੰਦਰ, ਉਸਦੀ ਅਗਲਾ ਵੀ, ਉਸਦੀ ਅਗਲਾ ਵੀ, ਉਸਦੀ ਅਗਲਾ। ਅਸਲੀ ਇਹ ਦੱਸਣ ਤੋਂ ਨਾ ਦੂਰੋਂ ਬਾਏ ਸੀਗੇ ਟਾਵਰ ਪਾਣੀਆਂ ਦੇ ਅੰਦਰ, ਸਾਫ ਉੱਚਾ ਕਰੀ ਨਾ ਬਿਲਕੁਲ ਮੈਂ ਇਹਨਾਂ ਨੇ ਕਰੀਬ ਪਹੁੰਚ ਚੁੱਕਿਆ ਦੇ। ਠੀਕ ਹੈ, ਨਾਲ ਨਾਲ ਫਿਰ ਮੈਂ ਇਹ ਜਗ੍ਹਾ ਦੱਸਣਾ ਨਹੀਂ ਚੀਜ਼ਾਂ ਇਸੋਂ ਚੱਕ ਕਰੋ, ਇਹ ਹਾਲਤ ਹੀ ਇਸ ਟਾਈਮ ਦਾ ਚੱਕ ਕਰੋ। ਕਾਂ ਕਿਤੇ ਨੇ ਬੈਠੇ ਪੂਰੀ ਲੇਨ ਜਿਹੜੀ ਹੈ ਕਾਂ ਬੈਠੇ ਸਾਰੇ ਮਤਲਬ ਨਹੀਂ ਗੱਲ ਬਾਂਹ ਪਿਆਣਾ, ਪਰ ਮੈਂ ਸੋਚਿਆ ਸਾਰੇ ਲੈਣਾ ਜਿਹੜੀਆਂ ਨਹੀਂ ਕਾਂ ਬੈਠੇ ਬਾਰਾ ਲਏ ਇਲਾ ਹੀ ਹੈ ਕਾਂ ਨਹੀਂ ਦੇ, ਕਿਉਂਕਿ ਮੈਂ ਹੁਣ ਨਜ਼ਦੀਕ ਦੀ ਚੀਜ਼ ਤੱਕਿਆ ਥੋੜ੍ਹਾ ਜਿਹਾ ਇਹ ਇਲਾ ਹੀ ਹੈ ਕਾਂ ਨਹੀਂ ਹੈ, ਦੂਰ ਲਾਉਣਾ ਸਾ ਕਿ ਕਾਂ ਹੈ। ਵਾਪਸ ਪਲਟੇ ਹਾਂ ਜੀ ਦੂਈ ਸਾਈਡ, ਮੈਂ ਚਲੋ ਇੱਥੋਂ ਥੋੜ੍ਹੀ ਜਿਹੀ ਤੁਹਾਨੂੰ ਵੀਡੀਓ ਦੱਸਾਂ ਕਿਉਂਕਿ ਇੱਥੇ ਪ੍ਰੋਪਰ ਤਰੀਕੇ ਜਾਂ ਕੰਮ ਤੋਂ ਕੋਈ ਹੋਣਾ ਪਿਆ ਇਹਦੇ ਤੱਕ। ਇਹ ਸਾਰਾ ਏਰੀਆ ਜਿਹੜਾ ਨੇ ਟਾਵਰ ਆ ਜਿਹੜਾ ਇਹ ਵੀ ਪਾਣੀਆਂ ਵਿੱਚ ਆਈ ਗਿਆ ਆ, ਉਹ ਉੱਪਰ ਤੱਕ ਹੀ ਸਕਣੇ ਹੋ ਨੀਚੇ। ਇਹ ਚਾਰ ਬਣਤੇ ਹੋਏ ਪਤਾ ਨਹੀਂ ਕਿਆ ਬਣਤਾ ਵਾ, ਇਹ ਕਰੀਬ ਫਿਰ ਮੈਂ ਦੱਸਣਾ ਆ, ਮੈਨੂੰ ਤਾਂ ਨਹੀਂ ਪਤਾ ਲੱਗਾ ਇਹ ਕਿਆ ਚੀਜ਼ ਨਿਕਲੀ ਹੈ। ਤੁਸੀਂ ਜੋ ਕਿਸੇ ਭੈਣ ਭਰਾ ਵੀ ਪਤਾ ਹੋਇਆ ਤਾਂ ਮੈਨੂੰ ਲਾਜ਼ਮੀ ਦੱਸਿਆ ਕਮੇਟੀ 'ਚ ਇਹ ਕਿਆ ਚੀਜ਼ ਦੀ, ਮੈਂ ਤਾਂ ਨਹੀਂ ਪਤਾ, ਫਿਰ ਮੈਂ ਕਿਸੇ ਨੇ ਬਾਰੇ ਕਿਆ ਇਨਫੋਰਮੇਸ਼ਨ ਦਿਆਂ। ਬਹਰਹਾਲ ਰੌਲਾ ਦੱਸਿਆ ਨੇ ਬਾਬਾ ਜੀ।
ਇਹੋ ਮੈਂ ਇਸਨੇ ਬਿਲਕੁਲ ਕਰੀਬ ਪਹੁੰਚੀ ਆਏ ਹਾਂ, ਪਰ ਮੈਨੂੰ ਕੋਈ ਸਮਝ ਨਹੀਂ ਲੈਣੀ ਪਈ, ਸਮਝ ਬੁੱਧ ਨਹੀਂ ਲੈਣੀ ਪਈ ਇੱਥੇ ਕਿਆ ਥਿਆ ਕਿਆ ਨਹੀਂ। ਮੈਂ ਸੋਚ ਰਿਹਾ ਸੀ ਬਾਬੇ ਉਸਨੇ ਸਟਾਰਟ ਇਤਨਾ ਲੰਮਾ ਤਾਂ ਇਤਨਾ ਉੱਚਾ ਕੀਤਾ ਸਾ, ਹੁਣ ਗੱਲਾਂ ਥੋੜ੍ਹੀਆਂ ਐਸਾ ਕਰਨਾ ਪਿਆ। ਉਸਨੇ ਵਜ੍ਹਾ ਪਤਾ ਤਾਂ ਗਈ ਹੈ, ਇਹ ਨਹੀਂ ਕਿ ਕੋਈ ਚਾਕ ਛਾਕ ਨਾ, ਇਹ ਤਾਂ ਬੰਦਾ ਹਦਾ ਨਹੀਂ ਹੈ, ਗੱਲਾਂ ਵੀ ਆਈ ਹਾਂ ਮੰਨ ਜਿਹੜੇ ਭਾਈ ਤੁਰੇ ਹੋਊਗਾ ਉਹ ਵੀ ਗਈ ਹੈ। ਪਰ ਰੋਲਾ ਆ ਕੇ ਥੱਕੀ ਗਿਆ ਮੈਂ, ਤੁਸੀਂ ਪਤਾ ਬੰਦਾ ਸਫ਼ਰ ਕੀਤਾ ਹੋਇਆ ਬੰਦਾ ਥੱਕੀ ਜਾਣਾ ਆ, ਹੋਰ ਨਾ ਮੈਂ ਨਾ ਬਹਿ ਸਕਣਾ, ਪਰ ਮੈਂ ਆਪਣੇ ਬਣਾ ਮੈਂ ਥੱਕੀ ਗਿਆ ਤੇ ਬੋਲਦਾ ਤਾ ਇਹ ਬਿਲਕੁਲ ਤੋਂ ਤੱਕੋ ਨਜ਼ਦੀਕ ਸੀ ਤੁਸੀਂ ਮੈਂ ਚੱਕ ਕਰਾਉਣਾ। ਇੱਥੋਂ ਬੰਦਾ ਗਿਆ ਥੱਲੇ ਤਾਂ ਗਿਆ ਜਾ ਤਾਂ ਪੱਕਾ ਥੱਲੇ ਇਲਾਜ ਹੈ। ਹਾਏ 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 ਹਾਏ। ਅੱਛਾ ਹੁਣ ਮੈਂ ਜਿਹੜੇ ਤੁਸੀਂ ਦੱਸੇ ਸੀ ਇਹ ਮਾੜੇ ਨਜ਼ਦੀਕ ਇਹ ਬਣਾਏ ਹੋਏ ਨੇ, ਉੱਥੇ ਕੋਈ ਬੁਸ਼ ਸ਼ਿਫਟਰ ਹੋਇਆ ਮਾੜਾ ਜਿਹੜਾ ਖਿਆਲ ਰੱਖਣਾ, ਇਸ ਤਰੀਕੇ ਨਾਲ ਕੋਈ ਮਾਮਲਾਤ ਹੋਏ ਆ ਉਹ ਉੱਥੇ ਸੈੱਟ ਨਹੀਂ ਹੋ ਸਕੇ ਜਾਂ ਟੇਪ ਭੱਜੀ ਗਿਆ, ਇਸ ਤਰੀਕੇ ਕੋਈ ਮਾਮਲਾਤ ਹੋਏ ਇਹ ਜਿਹੜੇ ਲਗੇ ਵੀ ਨਾ ਇਹ ਸੈਡਨ ਹੋ ਗਈ ਜੇ। ਇਸ ਨਾਲ ਮੈਨੂੰ ਇਹ ਅੰਦਾਜ਼ਾ ਹੋਣਾ ਜਾਂ ਇੱਥੇ ਪੁਰਾਣੇ ਦੋਰੀ ਲਾ ਹੋਇਆ ਪਹਿਲੇ ਟਾਈਮ ਵਿੱਚ ਕਾਫੀ ਟਾਈਮ ਪਹਿਲੇ ਦੇ ਨੇਵੇਂ ਲਾਏ ਨੇ, ਜਾਂ ਫਿਰ ਆ ਕੇ ਕੋਈ ਲੈ ਜਾਣੇ ਕੋਈ ਟੇਪ ਆ ਆਪੂ ਸੋਚ ਅੰਦਾਜ਼ਾ ਲਓ। ਇਹ ਜਿਹੜਾ ਸਾਰਾ ਏਰੀਆ ਨਾ ਕੁਝ ਕੋਈ ਘਰ ਉਹ ਤੁਹਾਨੂੰ ਦੱਸੋ ਮਸਜਿਦ ਜਿਹੜੀ ਉਹ ਵੀ ਵਿੱਚ ਆਈ ਗਈ ਆ ਪਾਉਣੀਆਂ ਨੇ ਮਸਜਿਦ ਜਾਂ ਕਾਰ ਜ਼ੂਮ ਕਰਨੇ ਪਹਿਲੇ ਤੱਕਣੇ ਆ ਕਿਆ ਚੀਜ਼ ਦੀ ਅਸਾਂ ਅਸੀਂ ਜ਼ੂਮ ਕਰਨੇ ਹਾਂ। ਸੋਚਾ ਕੋਈ ਮਸਜਿਦ ਹੀ ਹੈ, ਇਹ ਸਾਰੀਆਂ ਮਸਜਿਦ ਕਾਰ ਦਰਖਤ ਇਹ ਸਾਰੇ ਪਾਣੀ ਨਜ਼ਰ ਹੋਈ ਗਿਆ ਉਠਾ ਰਿਹਾ ਬੁਲਾ ਤੱਕ ਹੀ ਸਕਣੇ ਤੁਸੀਂ ਸਾਰੀਆਂ ਚੀਜ਼ਾਂ ਮੈਂ ਚਲੋ ਫਿਰ ਨਾਲ ਨਾਲ ਦੱਸੀ ਉਡਾਉਣਾ ਐ ਤੱਕੋ। ਫਿਲਹਾਲ ਜੀ ਭੈਣਾਂ ਪਰੋ ਇੱਥੇ ਕੋਈ ਮਿਕੀ ਅਜਿਹਾ ਸਿਸਟਮ ਕੋਈ ਦਿਖਿਆ ਜੇ ਮੈਂ ਪਤਾ ਲਾਇਆ ਕਿ ਇੱਥੇ ਪ੍ਰੋਪਰ ਤਰੀਕੇ ਨਾਲ ਜਿਹੜਾ ਕੰਮ ਨਹੀਂ ਆਉਣਾ ਪਿਆ ਆ ਵੀ ਦੀ ਆ ਕਿ ਅੱਗੇ ਇਨਸ਼ਾਅੱਲਾ ਹੁਣ ਜਲਦੀ ਇਹ ਕੰਮ ਸ਼ੁਰੂ ਹੋਈ ਜਾਸੀ ਤੁਸੀਂ ਕੀ ਵੀਡੀਓ ਨਾਲ ਉਹਨਾਂ ਦੱਸਿਆ ਕਰ ਸੋ ਨਾਲ ਇਨਸ਼ਾਅੱਲਾ ਜਿਲ੍ਹਾ ਵੀ ਕੋਈ ਇਸਨੇ ਬਾਰੇ ਅਪਡੇਟ ਲੱਭੀ ਨਾ ਪ੍ਰੋਪਰ ਤਰੀਕੇ ਨਾਲ ਕੰਮ ਸ਼ੁਰੂ ਹੋਇਆ ਮੈਂ ਇਸ ਤੋਂ ਤੁਹਾਨੂੰ ਵੀਡੀਓ ਦੱਸਾਂ। ਹਾਂ ਅਲਬਤਾ ਆ ਕਿ ਭਾਰੀ ਸੈਡ ਅਗਰ ਸ਼ਾਇਦ ਗੱਲ ਕੋਈ ਕੰਮ ਸ਼ੰਮ ਹੋਣਾ ਵੈ ਮਾੜੇ ਇਲਮਾ ਹੀ ਨਹੀਂ ਆ ਜਾਂ ਮੈਂ ਪਤਾ ਨਹੀਂ ਆ ਫਿਰ ਮੈਂ ਫਿਰ ਨਾ ਦੱਸਿਆ ਵੈ ਤਾਂ ਗਲਤ ਗੱਲ ਹੀ। ਬਹਰਹਾਲ ਇਸ ਫਰਾਰੀ ਸੈਡ ਜਿੱਦਾਂ ਦੱਸਾਂ ਆਏ ਆਉਣਾ ਮੈਂ ਜਿੱਥੇ ਆਏ ਆਉਣਾ ਜਿੱਥੇ ਮੈਂ ਹੱਸ ਦੱਸਾਂ ਇੱਥੇ ਕੋਈ ਕੰਮ ਹੈ ਜਿਵੇਂ ਕੋਈ ਆਉਣਾ ਪਿਆ ਤੇ ਠੀਕ ਹੈ, ਜੇ ਬਾਹਰ ਕੰਮ ਹੋਣਾ ਵੈ ਮੈਂ ਕਿਸੇ ਨਾ ਦੱਸਿਆ ਵੈ ਤਾਂ ਮਾਦਰਤ ਹੀ ਆ। ਭੈਣਾਂ ਪਰੋ ਕਬਰਸਤਾਨ ਸੀ ਜਿਹੜਾ ਪਾਣੀਆਂ ਨੇ ਅੰਦਰ ਆਈ ਚੁੱਕਿਆ ਆ ਇਸ ਲਈ ਮੈਂ ਚਲੋ ਦੱਸੀ ਉਹਨਾਂ ਐ ਉਹ ਕਬਰਸਤਾਨ ਆ ਇਹ ਉਹ ਕਬਰਾਂ ਹੀ ਆ ਜਿਹੜੀਆਂ ਪਾਣੀ ਨੇ ਅੰਦਰ ਆਈ ਚੁੱਕੀਆਂ ਹੀ ਆ ਪਤਾ ਨਹੀਂ ਇਹਨਾਂ ਨੇ ਹੁਣ ਅੱਗੇ ਕਿਆ ਹਾਲਤ ਹੋਣੀ ਆ ਜਿਹਦੇ ਮਜ਼ੀਦ ਪਾਣੀ ਉੱਪਰ ਆਇਆ ਫਿਰ ਕਬਰਸਤਾਨ ਸਜੜਾ ਇਹ ਜਿਹੜੀਆਂ ਕਬਰਾਂ ਹੀ ਆ ਇਹ ਸਾਰੀਆਂ ਉਸ ਪਾਣੀ ਨਜ਼ਰ ਜਸਨ ਚਲੋ ਦਵਾਈ ਕੇ ਲਾਪਾ ਕੇ ਇਹ ਜਿਹੜੇ ਇਸ ਕਬਰਸਤਾਨ ਨਾਲ ਤਲਕ ਰੱਖਣ ਵਾਲੇ ਬੰਦੇ ਆ ਹੁਣ ਸਾਰੇ ਕੀ ਜੰਨਤ ਫਿਰ ਦੋਸਤ ਅਲਾ ਅਰਫਾ ਮੁਕਾਮ ਤਾਂ ਫਿਰ ਮੈਂ ਤੱਕੀ ਨੂੰ ਉਹ ਪਾਰ ਕਬਰਸਤਾਨ ਆ ਉਹ ਵੀ ਪਾਣੀਆਂ ਨੇ ਬਿਲਕੁਲ ਨਜ਼ਦੀਕ ਆ ਮਤਲਬ ਪਾਣੀ ਉਸਨੇ ਕੋਲ ਪੁੱਛ ਚੁੱਕਿਆ ਆ ਹੁਣ ਕੋਈ ਪਤਾ ਨਹੀਂ ਕਿਹੜੇ ਟਾਈਮ ਪਰ ਜਾ ਸੀ ਅਤੇ ਇਹ ਤੱਕੀ ਸਕਣੇ ਹੋ ਕਿਆ ਕੋਈ ਸੂਰਤ ਹਾਲ ਹੈ ਕਬਰਸਤਾਨ ਇਸਨੇ ਕਿਆ ਕੋਈ ਰੁਤਾਲੀ ਲੈ ਸਾਰੀਆਂ ਕਬਰਾਂ ਪਾਣੀਆਂ ਨੇ ਵਿੱਚ ਅਤੇ ਪਾਣੀ ਸਾਰਾ ਇਹਨਾਂ ਨੇ ਅੱਗੇ ਵਿਛਾਈ ਚੁੱਕਿਆ ਆ। ਅੱਛਾ ਜੀ ਰੁਠਾ ਰਿਹਾ ਪੁਲਾ ਸੀ ਬਾਅਦ ਵਾਪਸ ਪਹੁੰਚ ਚੁੱਕਿਆ ਜੀ ਆਪਣੇ ਖੂਬਸੂਰਤ ਜੇ ਇਲਾਕੇ ਠਾਰਾਣੇ ਅੰਦਰ। ਅੱਛਾ ਜੀ ਤਕਣੇ ਆਰਨੇ ਘਰ ਪਹੁੰਚੀ ਆਇਆ ਤਾਂ ਹੁਣ ਕਰਸਾਂ ਰੈਸਟ ਤਾਂ ਤੁਸਾਂ ਕਿ ਵੀ ਦੇਸਾਂ ਇਜਾਜ਼ਤ ਖੁਦ ਵੀ ਕਿਸਾਂ ਇਜਾਜ਼ਤ ਤੁਸਾਂ ਉਦਾਹਰ ਨਹੀਂ ਦਿੰਦੇ ਵੀ ਜੀ ਤਕੀਨ ਮੈਂ ਗੱਲਾਂ ਦੇ ਰੈਸਟ ਤੱਕਿਆ ਵਾ ਕਾਫੀ ਜ਼ਿਆਦਾ ਕੱਲ੍ਹ ਮਿਸਾਂ ਅਗਲੇ ਵੀਡੀਓ ਵਿੱਚ ਆਪਣੇ ਖਸੂਸੀ ਦਿਮਾਗ ਮੇਕੀ ਪੂਰੇ ਉਮਰ ਮੁਸਲਮਾਂ ਕੀ ਯਾਦ ਰੱਖੋ ਅੱਲਾਹ ਸੋਹਣੇ ਨੇ ਵਾਲਾ।